ਹਾਂਜੀ ਵੈਲਕਮ ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਲੈ ਕੇ ਆ ਗਏ ਆ ਜੀ ਇੱਕ ਹੋਰ ਵੀਡੀਓ ਮਲਟੀਪਲ ਹੈਲਥ ਵਰਕਰ ਐਗਜ਼ਾਮ ਪ੍ਰੈਪਰੇਸ਼ਨ ਦੇ ਸਬੰਧ ਵਿੱਚ ਸੋ ਅੱਜ ਤੋਂ ਆਪਾਂ ਦੋ ਵੀਡੀਓਜ਼ ਅਪਲੋਡ ਕਰਿਆ ਕਰਾਂਗੇ ਸ਼ਾਮ ਨੂੰ 4 ਵਜੇ ਅਤੇ ਰਾਤ ਨੂੰ 8 ਵਜੇ ਸੋ ਦੇਖਣੀਆਂ ਨਾ ਭੁੱਲਿਆ ਕਰੋ ਮੋਸਟ ਇੰਪੋਰਟੈਂਟ ਕੁਐਸਚਨਸ ਐਡ ਕੀਤੇ ਆ ਤੇ 31 ਤਰੀਕ ਨੂੰ ਐਗਜ਼ਾਮ ਆ ਸੋ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਤੁਹਾਡੀ ਪੂਰੀ ਪ੍ਰੈਪਰੇਸ਼ਨ ਕਰਵਾ ਦੇਵਾਂਗੇ ਸੋ ਨਾਲ ਦੀ ਨਾਲ ਜਿਹੜੇ ਬੱਚੇ 24 ਤਰੀਕ ਨੂੰ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਸਟਾਫ ਨਰਸ ਦਾ ਐਗਜ਼ਾਮ ਲਿਆ ਜਾ ਰਿਹਾ ਵਾ ਉਸ ਦੀ ਤਿਆਰੀ ਕਰ ਰਹੇ ਆ ਉਹ ਆਪਣੇ ਦੂਸਰੇ ਚੈਨਲ ਨਰਸਿੰਗ ਕੈਰੀਅਰ ਨੂੰ ਸਬਸਕ੍ਰਾਈਬ ਕਰੋ ਉਸ ਤੇ ਵੀਡੀਓਜ਼ ਅਪਲੋਡ ਹੁੰਦੀਆਂ ਉੱਥੋਂ ਤਿਆਰੀ ਕਰੋ ਪਿਛਲੇ ਸਾਲਾਂ ਵਾਲੇ ਪੇਪਰ ਵੀ ਰਿਵਾਈਜ਼ ਕਰਵਾਏ ਜਾ ਰਹੇ ਆ ਸੋ ਜਿਹੜੇ ਸਟੂਡੈਂਟ ਅਤੇ ਭੈਣ ਭਰਾ ਪਹਿਲੀ ਵਾਰ ਆਪਣੇ ਇਸ ਚੈਨਲ ਤੇ ਵਿਜ਼ਿਟ ਕਰਨ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਲਵੋ ਜੀ ਤਾਂ ਕਿ ਕੋਈ ਵੀ ਆਉਣ ਵਾਲੀ ਇਨਫੋਰਮੇਸ਼ਨ ਤੁਸੀਂ ਮਿਸ ਨਾ ਕਰੋ ਸੋ ਸ਼ੁਰੂ ਕਰਦੇ ਆਂ ਆਪਾਂ ਆਪਣੀ ਅੱਜ ਦੀ ਵੀਡੀਓ ਹਾਂਜੀ ਨੰਬਰ 1 ਤੇ ਲੈਨੇ ਆ ਜੀ ਪਹਿਲਾ ਕੁਐਸਚਨ ਪਹਿਲਾ ਕੁਐਸਚਨ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਸਾਡੇ ਦਿਲ ਅਤੇ ਗੁਰਦਿਆਂ ਨੂੰ ਸੱਟ ਲੱਗਣ ਤੋਂ ਬਚਾਉਂਦਾ ਹੈ ਆਪਸ਼ਨ ਨੇ ਤੁਹਾਡੇ ਕੋਲੇ ਨੰਬਰ 1 ਚਮੜੀ ਨੰਬਰ 2 ਮਾਸਪੇਸ਼ੀਆਂ ਨੰਬਰ 3 ਲੋਬ੍ਰਿਕੈਂਟ ਨੰਬਰ 4 ਚਰਵੀ ਸੋ ਇਸ ਦਾ ਰਾਈਟ ਆਨਸਰ ਹੋ ਜਾਣਾ ਜੀ ਆਪਸ਼ਨ ਨੰਬਰ 4 ਜਿਹੜੀ ਚਰਵੀ ਆ ਇਹ ਸਾਡੇ ਦਿਲ ਅਤੇ ਗੁਰਦਿਆਂ ਨੂੰ ਸੱਟ ਲੱਗਣ ਤੋਂ ਬਚਾਉਂਦੀ ਹੈ ਸੋ ਆਪਸ਼ਨ ਨੰਬਰ 4 ਇਸ ਦਾ ਰਾਈਟ ਆਨਸਰ ਹਾਂਜੀ ਕੁਐਸਚਨ ਨੰਬਰ 2 ਕਮਰੇ ਦੇ ਤਾਪਮਾਨ ਤੇ ਚਰਬੀ ਦੀ ਸਰੀਰਕ ਸਥਿਤੀ ਕੀ ਹੁੰਦੀ ਹੈ ਇੱਕ ਕਮਰੇ ਦੇ ਤਾਪਮਾਨ ਤੇ ਚਰਬੀ ਦੀ ਸਰੀਰਕ ਸਥਿਤੀ ਇਹਨਾਂ ਵਿੱਚੋਂ ਕਿਹੜੀ ਹੁੰਦੀ ਹੈ ਨੰਬਰ 1 ਤੇ ਠੋਸ ਨੰਬਰ 2 ਤਰਲ ਨੰਬਰ 3 ਗੈਸ ਨੰਬਰ 4 ਪਲਾਜ਼ਮਾ ਸੋ ਇਸ ਦਾ ਰਾਈਟ ਆਨਸਰ ਹੋਵੇਗਾ ਜੀ অপਸ਼ਨ ਨੰਬਰ 1 ਜਿਹੜਾ ਕਮਰੇ ਦੇ ਤਾਪਮਾਨ ਤੇ ਚਰਬੀ ਦੀ ਸਰੀਰਕ ਸਥਿਤੀ ਠੋਸ ਹੁੰਦੀ ਹੈ ਸੋ ਲੈਨੇ ਆ ਜੀ ਨੈਕਸਟ ਕੁਐਸਚਨ ਕੁਐਸਚਨ ਨੰਬਰ 3 ਹਾਂਜੀ ਹੱਡੀਆਂ ਤੇ ਦੰਦਾਂ ਦੇ ਵਾਧੇ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਜ਼ਰੂਰੀ ਹੈ ਸੋ ਕਿਹੜਾ ਵਿਟਾਮਿਨ ਜ਼ਰੂਰੀ ਹੈ ਜੀ ਹੱਡੀਆਂ ਤੇ ਦੰਦਾਂ ਦੇ ਵਾਧੇ ਲਈ ਮੇਬੀ ਆਪਾਂ ਪਹਿਲਾਂ ਵੀ ਕਰਿਆ ਵਾ অপਸ਼ਨ ਨੇ ਤੁਹਾਡੇ ਕੋਲ ਵਿਟਾਮਿਨ A ਵਿਟਾਮਿਨ B ਵਿਟਾਮਿਨ C ਜਾਂ ਵਿਟਾਮਿਨ D ਸੋ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ অপਸ਼ਨ ਨੰਬਰ 4 ਜਿਹੜਾ ਵਿਟਾਮਿਨ D ਆ ਇਹ ਹੱਡੀਆਂ ਤੇ ਦੰਦਾਂ ਦੇ ਵਾਧੇ ਲਈ ਮਹੱਤਵਪੂਰਨ ਹੁੰਦਾ ਹੈ ਨੈਕਸਟ ਹਾਂਜੀ ਚਾਰ ਨੰਬਰ ਕੁਐਸਚਨ ਇਹ ਵੀ ਇੰਪੋਰਟੈਂਟ ਕੁਐਸਚਨ ਆ ਕਿ ਕੈਪਰੋਇਕ ਐਸਿਡ ਦਾ ਸਰੋਤ ਹੈ ਜਿਹੜਾ ਕੈਪਰੋਇਕ ਐਸਿਡ ਆ ਉਹ ਇਹਨਾਂ ਵਿੱਚੋਂ ਕਿਸ ਦੇ ਵਿੱਚ ਜ਼ਿਆਦਾ ਹੁੰਦਾ ਜਾਂ ਕਿਹੜਾ ਇਸ ਦਾ ਸਰੋਤ ਆ ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 ਤੇ ਮੱਖਣ ਨੰਬਰ 2 ਤੇ ਤੇਲ ਨੰਬਰ 3 ਚਾਰਵੀਂ ਜਾਂ ਨੰਬਰ 4 ਉਪਰੋਕਤ ਸਾਰੇ ਸੋ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ ਆਪਸ਼ਨ ਨੰਬਰ 1 ਜਿਹੜਾ ਮੱਖਣ ਉਹ ਕੈਪਰੋਇਕ ਐਸਿਡ ਦਾ ਸਰੋਤ ਹੈ 5 ਨੰਬਰ ਕੁਐਸਚਨ ਹਾਂਜੀ ਪ੍ਰੋਟੀਨ ਦੀ ਬਹੁਤ ਜ਼ਿਆਦਾ ਘਾਟ ਹੋ ਜਾਣ ਤੇ ਕਿਹੜੀ ਬਿਮਾਰੀ ਹੋ ਜਾਂਦੀ ਹੈ ਸੋ ਇਹਨਾਂ ਵਿੱਚੋਂ ਕਿਹੜੀ ਬਿਮਾਰੀ ਹੁੰਦੀ ਹੈ ਜੀ ਜਦੋਂ ਪ੍ਰੋਟੀਨ ਦੀ ਬਹੁਤ ਜ਼ਿਆਦਾ ਘਾਟ ਹੋ ਜਵੇ ਨੰਬਰ 1 ਮਲੇਰੀਆ ਨੰਬਰ 2 ਡੇਂਗੂ ਨੰਬਰ 3 ਚੇਚਕ ਜਾਂ ਨੰਬਰ 4 ਕੁਆਇਸੀਓਰਕਰ ਕੁਆਇਸੀਓਰਕਰ ਹਾਂਜੀ ਸੋ ਇਸ ਦਾ ਰਾਈਟ ਆਨਸਰ ਹੋ ਜਾਵੇਗਾ অপਸ਼ਨ ਨੰਬਰ 4 ਕੁਆਇਸੀਓਰਕਰ ਜਿਹੜੀ ਇਹ ਬਿਮਾਰੀ ਹੈ ਪ੍ਰੋਟੀਨ ਦੀ ਜ਼ਿਆਦਾ ਘਾਟ ਹੋਣ ਤੇ ਹੋ ਜਾਂਦੀ ਆ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਜੀ ਇਹ ਵੀ ਹਾਂਜੀ ਬਾਦਦੇ ਆਪਾਂ ਨੈਕਸਟ 6 ਨੰਬਰ ਕੁਐਸਚਨ ਵੱਲ ਸੋ ਜਿਹੜੇ ਬੱਚੇ ਮਲਟੀਪਲ ਹੈਲਥ ਵਰਕਰ ਐਗਜ਼ਾਮ ਦੀ ਤਿਆਰੀ ਕਰ ਰਹੇ ਆ ਉਹਨਾਂ ਲਈ ਆਪਾਂ ਆਉਣ ਵਾਲੇ ਇਸੇ ਵੀਕ ਦੇ ਵਿੱਚ ਵਿੱਚ ਸੈਚਰਡੇ ਨੂੰ ਮੌਕ ਟੈਸਟ ਲੈ ਕੇ ਆਵਾਂਗੇ ਸੋ ਮੌਕ ਟੈਸਟ ਹੋਊਗਾ ਜਿਹੜਾ ਉਹ ਪੂਰੇ ਉਹਦੇ ਵਿੱਚ 100 ਕੁਐਸਚਨ ਐਡ ਕੀਤੇ ਜਾਣਗੇ ਸੋ ਉਹ ਟੈਸਟ ਜ਼ਰੂਰ ਦੇਣਾ ਤੁਸੀਂ ਤੁਹਾਨੂੰ ਆਪਦੀ ਪ੍ਰੈਪਰੇਸ਼ਨ ਦਾ ਪਤਾ ਲੱਗੂਗਾ ਤੇ ਉਸ ਤੋਂ ਬਾਅਦ ਤੁਸੀਂ ਜ਼ਰੂਰ ਦੱਸਣਾ ਕਿ ਕਿਹਦੇ ਕਿੰਨੇ ਕਿੰਨੇ ਮਾਰਕਸ ਆਏ ਨੇ ਸੋ ਮੈਂ ਤਿਆਰ ਕਰ ਰਿਹਾ ਹਾਂ ਸੈਚਰਡੇ ਨੂੰ ਆਪਾਂ ਮੌਕ ਟੈਸਟ ਪਾਵਾਂਗੇ ਹਾਂਜੀ ਕੁਐਸਚਨ ਨੰਬਰ 6 ਸੋ ਕਿਹੜੀਆਂ ਬਿਮਾਰੀਆਂ ਸੰਕਰਮਿਤ ਖੂਨ ਦੇ ਸੰਚਾਰ ਕਰਕੇ ਹੋ ਜਾਂਦੀਆਂ ਨੇ ਜਾਨੀ ਕਿ ਬਲੱਡ ਚੜਨ ਕਰਕੇ ਜਾਂ ਕਿਸੇ ਤਰ੍ਹਾਂ ਜਿਹੜਾ ਸੰਕਰਮਿਤ ਖੂਨ ਹੁੰਦਾ ਉਹਦੇ ਸੰਪਰਕ ਚ ਆਉਣ ਕਰਕੇ ਬਿਮਾਰੀਆਂ ਹੋ ਜਾਂਦੀਆਂ ਨੇ ਸੋ ਆਪਸ਼ਨ ਨੇ ਤੁਹਾਡੇ ਕੋਲੇ ਆਪਸ਼ਨ ਨੰਬਰ 1 ਐਡਜ਼ ਆਪਸ਼ਨ ਨੰਬਰ 2 ਹੈਪੇਟਾਈਟਸ ਬੀ ਜਾਂ ਆਪਸ਼ਨ ਨੰਬਰ 3 ਦੋਵੇਂ ਜਾਂ ਆਪਸ਼ਨ ਨੰਬਰ 4 ਕੋਈ ਨਹੀਂ ਸੋ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ অপশন নাম্বার 3 ਇਹ ਦੋਵੇਂ ਬਿਮਾਰੀਆਂ ਨੇ ਜਿਹੜੀਆਂ ਏਡਜ਼ ਤੇ ਹੈਪਟਾਈਟਸ ਵੀ ਇਹ ਸੰਕਰਮਿਤ ਖੂਨ ਦੇ ਚੜਨ ਕਰਕੇ ਹੋ ਜਾਂਦੀਆਂ ਨੇ ਜਿਹੜੀ ਹੈਪਟਾਈਟਸ ਵੀ ਆ ਇਹਨੂੰ ਆਪਾਂ ਕਾਲਾ ਪੀਲੀਆ ਵੀ ਕਹਿੰਦੇ ਹਾਂ ਠੀਕ ਆ ਜੀ ਸੋ ਤੁਸੀਂ ਕਨਫਿਊਜ਼ ਨਹੀਂ ਹੋਣਾ ਇਹ ਵੀ ਪੁਆਇੰਟ ਤੁਸੀਂ ਯਾਦ ਰੱਖਣਾ ਹੋਵੇਗਾ ਕਿ ਹੈਪਟਾਈਟਸ ਵੀ ਕਾਲਾ ਪੀਲੀਆ ਹੁੰਦਾ ਹੈ ਹਾਂਜੀ ਕੁਐਸਚਨ ਨੰਬਰ 7 ਬੈਕਟੀਰੀਆ ਹੁੰਦੇ ਹਨ ਹਾਂਜੀ অপਸ਼ਨ ਨੇ ਤੁਹਾਡੇ ਕੋਲੇ ਨੰਬਰ 1 ਨਿਰਜੀਵ ਨੰਬਰ 2 ਯੂਨੀਸੈਲੂਲਰ ਜੀਵ ਨੰਬਰ 3 ਬਹੁ ਸੈਲੂਲਰ ਜੀ ਜਾਂ ਨੰਬਰ 4 ਗੁੰਝਲਦਾਰ ਜੀ ਬੈਕਟੀਰੀਆ ਇਹਨਾਂ ਵਿੱਚੋਂ ਕੀ ਹੁੰਦੇ ਆ ਜੀ ਇਹਦਾ ਰਾਈਟ ਆਨਸਰ ਆ অপਸ਼ਨ ਨੰਬਰ 2 ਜਿਹੜੇ ਬੈਕਟੀਰੀਆ ਨੇ ਇਹ ਯੂਨੀ ਸੈਲੂਲਰ ਜੀਵ ਹੁੰਦੇ ਹਨ ਹਾਂਜੀ ਕੁਐਸਚਨ ਨੰਬਰ 8 ਰੋਗਾਂ ਨਾਲ ਲੜਨ ਲਈ ਮਨੁੱਖ ਕੋਲ ਵਿਸ਼ੇਸ਼ ਹਨ ਮਨੁੱਖ ਕੋਲ ਵਿਸ਼ੇਸ਼ ਕੀ ਨੇ ਜੀ ਰੋਗਾਂ ਨਾਲ ਲੜਨ ਲਈ অপਸ਼ਨ ਨੇ ਤੁਹਾਡੇ ਕੋਲ ਨੰਬਰ 1 ਕੁਦਰਤੀ ਰੁਕਾਵਟਾਂ ਨੰਬਰ 2 ਇਮਿਊਨ ਸਿਸਟਮ ਨੰਬਰ 3 A ਅਤੇ B ਦੋਵੇਂ ਜਾਂ ਨੰਬਰ 4 ਐਂਟੀਬਾਇਓਟਿਕਸ ਸੋ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ অপਸ਼ਨ ਨੰਬਰ 3 ਏ ਅਤੇ ਬੀ ਦੋਵੇਂ ਕੁਦਰਤੀ ਰੁਕਾਵਟਾਂ ਤੇ ਜਿਹੜਾ ਇਮਿਊਨ ਸਿਸਟਮ ਆ ਇਹ ਮਨੁੱਖ ਕੋਲ ਰੋਗਾਂ ਨਾਲ ਲੜਨ ਲਈ ਵਿਸ਼ੇਸ਼ ਹਨ ਨੈਕਸਟ ਕੁਐਸਚਨ ਹਾਂਜੀ 9 ਨੰਬਰ ਕੁਐਸਚਨ ਆ ਜੀ ਸਰੀਰ ਦੀ ਰੱਖਿਆ ਕਰਨ ਵਾਲੇ ਪ੍ਰੋਟੀਨਾਂ ਨੂੰ ਕੀ ਕਿਹਾ ਜਾਂਦਾ ਹੈ ਜਿਹੜੇ ਪ੍ਰੋਟੀਨ ਆਪਣੇ ਸਰੀਰ ਦੀ ਰੱਖਿਆ ਕਰਦੇ ਆ ਉਹਨਾਂ ਨੂੰ ਕੀ ਕਿਹਾ ਜਾਂਦਾ ਆ অপਸ਼ਨ ਨੇ ਤੁਹਾਡੇ ਕੋਲ ਨੰਬਰ 1 ਐਂਟੀਜੈਨਸ ਨੰਬਰ 2 ਐਂਟੀਬਾਡੀਜ਼ ਨੰਬਰ 3 ਕਿਟਾਣੂਨਾਸ਼ਕ ਜਾਂ ਨੰਬਰ 4 ਉਪਰੋਕਤ ਸਾਰੇ ਸੋ ਇਸ ਦਾ ਰਾਈਟ ਆਨਸਰ ਕੀ ਹੋਵੇਗਾ ਜੀ ਰਾਈਟ ਆਨਸਰ ਹੋਵੇਗਾ অপਸ਼ਨ ਨੰਬਰ 2 ਐਂਟੀਬਾਡੀਜ਼ ਕਿਹਾ ਜਾਂਦਾ ਠੀਕ ਹੈ ਜੀ ਜਿਹੜੇ ਪ੍ਰੋਟੀਨ ਸਰੀਰ ਦੀ ਰੱਖਿਆ ਕਰਦੇ ਹਨ ਨੈਕਸਟ 10 ਨੰਬਰ ਕੁਐਸਚਨ ਹਾਂਜੀ ਮਨੁੱਖੀ ਚਮੜੀ ਦੀ ਬਾਹਰੀ ਪਰਤ ਕਿਸ ਦੀ ਬਣੀ ਹੁੰਦੀ ਹੈ ਸੋ ਇਹ ਵੀ ਇੰਪੋਰਟੈਂਟ ਕੁਐਸਚਨ ਆ ਕਾਫੀ ਸਾਰੇ ਪੇਪਰਾਂ ਦੇ ਵਿੱਚ ਆਉਂਦਾ ਰਹਿੰਦਾ ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 ਵਲਗਮ ਨੰਬਰ 2 ਕੋਲੈਨ ਚਾਮਾ ਸੈਲ ਨੰਬਰ 3 ਮਰੇ ਹੋਏ ਸੈਲ ਜਾਂ ਨੰਬਰ 4 ਇਹਨਾਂ ਵਿੱਚੋਂ ਕੋਈ ਨਹੀਂ ਸੋ ਇਸ ਦਾ ਰਾਈਟ ਆਨਸਰ ਕੀ ਹੋਵੇਗਾ ਜੀ ਆਪਸ਼ਨ ਨੰਬਰ 3 ਜਿਹੜੇ ਮਰੇ ਹੋਏ ਸੈੱਲਾਂ ਉਹਨਾਂ ਦੀ ਬਣੀ ਹੁੰਦੀ ਹੈ ਜੀ ਬਾਹਰੀ ਪਰਤ ਮਨੁੱਖੀ ਚਮੜੀ ਦੀ ਠੀਕ ਹੈ ਜੀ ਕੁਐਸਚਨ ਨੰਬਰ 11 ਰੋਕथाम ਨਾਲੋਂ ਬਿਹਤਰ ਹੈ ਕੀ ਬਿਹਤਰ ਹੈ ਜੀ ਰੋਗथाम ਨਾਲੋਂ ਆਪਸ਼ਨ ਨੇ ਨੰਬਰ 1 ਇਲਾਜ ਨੰਬਰ 2 ਦਵਾਈ ਨੰਬਰ 3 ਕਸਰਤ ਜਾਂ ਨੰਬਰ 4 ਸਾਰੇ ਸੋ ਰੋਗथाम ਨਾਲੋਂ ਇਹ ਆਪਸ਼ਨ ਨੰਬਰ 1 ਇਸ ਦਾ ਰਾਈਟ ਆਨਸਰ ਰੋਗथाम ਨਾਲੋਂ ਇਲਾਜ ਬਿਹਤਰ ਹੈ ਠੀਕ ਹੈ ਜੀ ਕੁਐਸਚਨ ਨੰਬਰ 12 ਹਾਂ ਜੀ ਕਿਟਾਣੂ ਕਿਸ ਰਾਹੀਂ ਸਰੀਰ ਵਿੱਚ ਦਾਖਲ ਹੋ ਸਕਦੇ ਹਨ ਆਪਸ਼ਨ ਨੇ ਤੁਹਾਡੇ ਕੋਲੇ ਨੰਬਰ 1 ਮੂੰਹ ਰਾਹੀਂ ਨੰਬਰ 2 ਚਮੜੀ ਰਾਹੀਂ ਨੰਬਰ 3 ਅੱਖਾਂ ਰਾਹੀਂ ਯਾ ਨੰਬਰ 4 ਉਪਰੋਕਤ ਸਾਰੇ ਸੋ ਜਿਹੜੇ ਕਟਾਣੂ ਹੁੰਦੇ ਆ ਜਾਂ ਵਾਇਰਸ ਹੁੰਦੇ ਆ ਉਹ ਕਿੱਥੋਂ ਕਿੱਥੋਂ ਦੀ ਆਪਣੇ ਸਰੀਰ ਦੇ ਵਿੱਚ ਆਪਣੀ ਬਾਡੀ ਦੇ ਵਿੱਚ ਦਾਖਲ ਹੋ ਸਕਦੇ ਆ ਤਾਂ ਉਹ ਮੂੰਹ ਰਾਹੀਂ ਵੀ ਹੋ ਸਕਦੇ ਆ ਚਮੜੀ ਰਾਹੀਂ ਵੀ ਹੋ ਸਕਦੇ ਆ ਅੱਖਾਂ ਰਾਹੀਂ ਵੀ ਹੋ ਸਕਦੇ ਆ ਸੋ ਇਸ ਦਾ ਰਾਈਟ ਆਨਸਰ ਹੋਵੇਗਾ ਜੀ ਉਪਰੋਕਤ ਸਾਰੇ ਠੀਕ ਹੈ ਜੀ ਨੈਕਸਟ 13 ਨੰਬਰ ਕੁਐਸਚਨ ਹਾਂਜੀ ਰਾਬਰਟ ਕੋਚ ਦੇ ਸਬੰਧ ਵਿੱਚ ਸਹੀ ਕਥਨ ਦੀ ਪਛਾਣ ਕਰੋ ਸੋ ਆਪਸ਼ਨ ਨੇ ਤੁਹਾਡੇ ਕੋਲੇ ਨੰਬਰ 1 ਉਸ ਨੂੰ ਜੀਵਾਣੂ ਵਿਗਿਆਨ ਦੇ ਪਿਤਾਮਾ ਵਜੋਂ ਜਾਣਿਆ ਜਾਂਦਾ ਹੈ ਨੰਬਰ 2 ਉਸਨੇ ਹੈਜੇ ਦੇ ਕਾਰਕ ਜੀਵ ਦੀ ਪਛਾਣ ਕੀਤੀ ਸੀ ਨੰਬਰ 3 ਉਸਨੇ ਅਤੀ ਸਵੇਦਨ ਸ਼ੀਲਤਾ ਦੇ ਵਰਤਾਰੇ ਦੀ ਖੋਜ ਕੀਤੀ ਜਾਂ ਨੰਬਰ 4 ਉਪਰੋਕਤ ਸਾਰੇ ਸੋ ਰਾਬਰਟ ਕੋਚ ਸੀ ਜਿਹੜਾ ਉਸਨੇ ਉਸ ਦਾ ਸਬੰਧ ਇਹਨਾਂ ਤਿੰਨਾਂ ਹੀ ਆਪਸ਼ਨਾਂ ਦੇ ਨਾਲ ਹੈ ਕਿ ਉਸ ਨੂੰ ਜੀਵਾਨੂ ਵਿਗਿਆਨ ਦਾ ਪਤਾਮਾ ਵੀ ਕਿਹਾ ਜਾਂਦਾ ਉਸਨੇ ਹੈਜੇ ਦੇ ਕਾਰਕ ਜੀਵ ਦੀ ਪਛਾਣ ਵੀ ਕੀਤੀ ਤੇ ਉਸਨੇ ਅਤੀ ਸਵੇਦਨ ਸ਼ੀਲਤਾ ਦੇ ਵਰਤਾਰੇ ਦੀ ਖੋਜ ਕੀਤੀ ਸੋ ਆਪਸ਼ਨ ਨੰਬਰ 4 ਉਪਰੋਕਤ ਸਾਰੇ ਹੋਵੇਗਾ ਇਸ ਦਾ ਸਹੀ ਉੱਤਰ ਨੈਕਸਟ ਹਾਂਜੀ ਕੁਐਸਚਨ ਨੰਬਰ 14 ਜਾਨੀ ਕਿ 14 ਨੰਬਰ ਕੁਐਸਚਨ ਐਂਟੀਸੈਪਟਿਕ ਸਰਜਰੀ ਦਾ ਪਿਤਾਮਾ ਕੌਣ ਹੈ ਸੋ ਇਹਨਾਂ ਵਿੱਚੋਂ ਐਂਟੀਸੈਪਟਿਕ ਸਰਜਰੀ ਦਾ ਪਿਤਾਮਾ ਕਿਹਨੂੰ ਕਿਹਾ ਜਾਂਦਾ ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 ਲੂਈਸ ਪਾਸਚਰ ਨੰਬਰ 2 ਰਾਬਰਟ ਕੋਚ ਨੰਬਰ 3 ਮਾਰਕਲ ਜਾਂ ਨੰਬਰ 4 ਲਿਸਟਰ ਸੋ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ ਆਪਸ਼ਨ ਨੰਬਰ 4 ਜਿਹੜਾ ਲਿਸਟਰ ਆ ਉਹਨੂੰ ਐਂਟੀਸੈਪਟਿਕ ਸਰਜਰੀ ਦਾ ਪਿਤਾਮਾ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਹਾਂਜੀ 15 ਨੰਬਰ ਕੁਐਸਚਨ ਹਾਂਜੀ ਐਚ ਆਈ ਵੀ ਹੈ ਕੀ ਹੈ ਜੀ ਇਹਨਾਂ ਵਿੱਚੋਂ ਐਚ ਆਈ ਵੀ ਨੰਬਰ 1 ਰੈਟਰੋਵਾਇਰਸ ਨੰਬਰ 2 ਡੀ ਐਨ ਏ ਵਾਇਰਸ ਨੰਬਰ 3 ਬੈਕਟੀਰੀਆ ਜਾਂ ਨੰਬਰ 4 ਕੋਈ ਨਹੀਂ ਸੋ ਜਿਹੜਾ ਐਚ ਆਈ ਵੀ ਵਾਇਰਸ ਹੈ ਉਹ ਇਹਨਾਂ ਵਿੱਚੋਂ ਰੈਟਰੋਵਾਇਰਸ ਹੈ ਆਪਸ਼ਨ ਨੰਬਰ 1 ਆ ਜਿਹੜਾ ਉਹ ਸਹੀ ਉੱਤਰ ਹੋ ਜਾਵੇਗਾ ਹਾਂਜੀ ਵਾਦਦੇ ਆਪਾਂ ਨੈਕਸਟ 16 ਨੰਬਰ ਕੁਐਸਚਨ ਵੱਲ ਸੋ ਇ ਟੈਸਟ ਆ ਨਾਲ ਰਿਲੇਟਡ ਮੈਂ 3 4 ਕੁਐਸਚਨ ਐਡ ਕੀਤੇ ਆ ਜਿਨ੍ਹਾਂ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਸੋ ਮੋਸਟ ਇੰਪੋਰਟੈਂਟ ਕੁਐਸਚਨ ਨੇ ਵੀ ਠੀਕ ਹੈ ਜੀ ਸੋ ਧਿਆਨ ਨਾਲ ਇਹ ਚਾਰ ਕੁਐਸਚਨ ਤੁਸੀਂ ਹੁਣ ਸੁਣਨੇ ਹੋਣਗੇ ਹਾਂਜੀ ਨੰਬਰ 16 ਨੰਬਰ ਕੁਐਸਚਨ ਡਿਪਥੀਰੀਆ ਦਾ ਪਤਾ ਲਗਾਉਣ ਲਈ ਟੈਸਟ ਕੀਤਾ ਜਾਂਦਾ ਹੈ ਸੋ ਜਿਹੜਾ ਡਿਪਥੀਰੀਆ ਵਾ ਇਹਦਾ ਪਤਾ ਲਾਉਣ ਲਈ ਕਿਹੜਾ ਟੈਸਟ ਕੀਤਾ ਜਾਂਦਾ ਆਪਸ਼ਨ ਨੇ ਤੁਹਾਡੇ ਕੋਲੇ ਵਾਈਡਲ ਟੈਸਟ ਨੰਬਰ 2 ਸਿਕ ਟੈਸਟ ਨੰਬਰ 3 ਦੋਵੇਂ ਜਾਂ ਨੰਬਰ 4 ਕੋਈ ਨਹੀਂ ਸੋ ਇਹਨਾਂ ਵਿੱਚੋਂ ਰਾਈਟ ਆਨਸਰ ਹੋਵੇਗਾ ਜੀ ਆਪਸ਼ਨ ਨੰਬਰ 2 ਜਿਹੜਾ ਸਿਕ ਟੈਸਟ ਹੈ ਇਹ ਡਿਪਥੀਰੀਆ ਦਾ ਪਤਾ ਲਗਾਉਣ ਲਈ ਕੀਤਾ ਜਾਂਦਾ ਹੈ ਸੋ ਵਾਧੇ ਆਪਾਂ ਨੈਕਸਟ ਕੁਐਸਚਨ 17 ਨੰਬਰ ਕੁਐਸਚਨ ਵੱਲ ਹਾਂਜੀ ਟਾਈਫਾਇਡ ਬੁਖਾਰ ਦਾ ਪਤਾ ਕਰਨ ਲਈ ਕਿਹੜਾ ਟੈਸਟ ਕੀਤਾ ਜਾਂਦਾ ਹੈ ਇਹ ਕੁਐਸਚਨ ਮੈਂ ਪਹਿਲਾਂ ਵੀ ਕਰਵਾਇਆ ਵਾ ਬਹੁਤ ਈਜ਼ੀ ਤੇ ਇੰਪੋਰਟੈਂਟ ਕੁਐਸਚਨ ਹੈ ਸੋ ਆਪਸ਼ਨਾਂ ਨੇ ਤੁਹਾਡੇ ਕੋਲੇ ਨੰਬਰ 1 ਡਿਕ ਟੈਸਟ ਨੰਬਰ 2 ਸਿਕ ਟੈਸਟ ਨੰਬਰ 3 ਵਾਈਡਲ ਟੈਸਟ ਨੰਬਰ 4 ਸਾਰੇ ਸੋ ਜਦੋਂ ਟਾਈਫਾਇਡ ਬੁਖਾਰ ਦਾ ਪਤਾ ਕਰਨਾ ਹੋਵੇ ਤਾਂ ਇਹਨਾਂ ਵਿੱਚੋਂ ਆਪਸ਼ਨ ਨੰਬਰ 3 ਜਿਹੜਾ ਵਾਈਡਲ ਟੈਸਟ ਆ ਇਹ ਕੀਤਾ ਜਾਂਦਾ ਹੈ ਸੋ ਇੰਪੋਰਟੈਂਟ ਕੁਐਸਚਨ ਹੈ ਇਹਨੂੰ ਤੁਸੀਂ ਜ਼ਰੂਰ ਯਾਦ ਰੱਖਣਾ ਹੋਵੇਗਾ ਹਾਂਜੀ ਟੀਵੀ ਦਾ ਪਤਾ ਕਰਨ ਲਈ ਕਿਹੜਾ ਟੈਸਟ ਕੀਤਾ ਜਾਂਦਾ ਹੈ ਇਹ ਵੀ ਇੰਪੋਰਟੈਂਟ ਹੈ ਨੰਬਰ 1 ਤੇ ਮੈਂਟੌਕਸ ਟੈਸਟ ਨੰਬਰ 2 ਡਿਕ ਟੈਸਟ ਨੰਬਰ 3 ਦੋਵੇਂ ਜਾਂ ਨੰਬਰ 4 ਕੋਈ ਨਹੀਂ ਸੋ ਜਦੋਂ ਟੀਵੀ ਦੀ ਬਿਮਾਰੀ ਦਾ ਪਤਾ ਕਰਨਾ ਹੋਵੇ ਤਾਂ ਇਹਨਾਂ ਵਿੱਚੋਂ ਆਪਸ਼ਨ ਨੰਬਰ 1 ਰਾਈਟ ਆਨਸਰ ਹੋਵੇਗਾ ਜਿਹੜਾ ਮੈਂਟੌਕਸ ਟੈਸਟ ਆ ਇਹ ਕੀਤਾ ਜਾਂਦਾ ਹੈ ਹਾਂਜੀ ਵਾਧਦੇ ਆਪਾਂ ਨੈਕਸਟ 19 ਨੰਬਰ ਕੁਐਸਚਨ ਵੱਲ ਲਾਲ ਬੁਖਾਰ ਦਾ ਪਤਾ ਕਰਨ ਲਈ ਕਿਹੜਾ ਟੈਸਟ ਕੀਤਾ ਜਾਂਦਾ ਹੈ ਸੋ ਆਪਸ਼ਨਾਂ ਨੇ ਤੁਹਾਡੇ ਕੋਲੇ ਨੰਬਰ 1 ਡਿਕ ਟੈਸਟ ਨੰਬਰ 2 ਸਿਕ ਟੈਸਟ ਨੰਬਰ 3 ਵਾਈਡਲ ਟੈਸਟ ਨੰਬਰ 4 ਕੋਈ ਨਹੀਂ ਸੋ ਜਦੋਂ ਲਾਲ ਬੁਖਾਰ ਦਾ ਪਤਾ ਕਰਨਾ ਹੋਵੇ ਤਾਂ ਉਹਦੇ ਲਈ ਆਪਸ਼ਨ ਨੰਬਰ 1 ਇਸ ਦਾ ਰਾਈਟ ਆਨਸਰ ਹੋਵੇਗਾ ਜਿਹੜਾ ਡਿਕ ਟੈਸਟ ਹੈ ਇਹ ਕੀਤਾ ਜਾਂਦਾ ਹੈ ਸੋ ਇਹ ਤੁਸੀਂ ਜਿਹੜੇ ਟੈਸਟ ਨੇ ਇਹ ਚਾਰ ਕੁਐਸਚਨ ਨੇ ਇਹ ਇੰਪੋਰਟੈਂਟ ਲੱਗੇ ਮੈਨੂੰ ਸੋ ਇਸ ਕਰਕੇ ਮੈਂ ਐਡ ਕੀਤੇ ਆ ਸੋ ਇਹਨਾਂ ਨੂੰ ਧਿਆਨ ਨਾਲ ਤੁਸੀਂ ਨੋਟ ਕਰਕੇ ਤਿਆਰ ਕਰਨਾ ਕਰ ਲਿਓ ਠੀਕ ਹੈ ਜੀ ਯਾਦ ਕਰ ਲਿਓ ਮੀਨਸ ਕਨਫਿਊਜ਼ ਨਾ ਹੋਇਓ ਇਹਨਾਂ ਟੈਸਟਾਂਿਆਂ ਦੇ ਵਿੱਚ ਸੋ ਬੀ ਨੰਬਰ ਕੁਐਸਚਨ ਆ ਜੀ ਡੇਂਗੂ ਬੁਖਾਰ ਕਿਸ ਵਾਇਰਸ ਕਰਕੇ ਹੁੰਦਾ ਹੈ ਸੋ ਇਹ ਵੀ ਇੰਪੋਰਟੈਂਟ ਕੁਐਸਚਨ ਆ ਪਿਛਲੇ ਪੇਪਰਾਂ ਦੇ ਵਿੱਚ ਮਲਟੀਪਲ ਹੈਲਥ ਵਰਕਰ ਤੇ ਵਾਰਡ اٹੈਂਡੈਂਟ ਦੇ ਵਿੱਚ ਉਹਨਾਂ ਨੇ ਪੁੱਛਿਆ ਸੀ ਕਿ ਮਲੇਰੀਆ ਤੇ ਡੇਂਗੂ ਇਹ ਦੋਵੇਂ ਕੁਐਸਚਨ ਆਏ ਸੀ ਮੇਬੀ ਵੇ ਮਲੇਰੀਆ ਕਿਹੜੇ ਵਾਇਰਸ ਕਰਕੇ ਹੁੰਦਾ ਤੇ ਡੇਂਗੂ ਕਿਹੜੇ ਵਾਇਰਸ ਕਰਕੇ ਇੱਕ ਇੱਕ ਪੇਪਰ ਦੇ ਵਿੱਚ ਇਹ ਆਏ ਸੀਗੇ ਸੋ ਇਹ ਇੰਪੋਰਟੈਂਟ ਕੁਐਸਚਨ ਹੈ ਨੰਬਰ 1 α ਵਾਇਰਸ ਨੰਬਰ 2 ਫਲੇਵੀ ਵਾਇਰਸ ਨੰਬਰ 3 ਦੋਵੇਂ ਜਾਂ ਨੰਬਰ 4 ਕੋਈ ਨਹੀਂ ਸੋ ਜਿਹੜਾ ਡੇਂਗੂ ਬੁਖਾਰ ਹੈ ਜੀ ਇਹ ਆਪਸ਼ਨ ਨੰਬਰ 2 ਆ ਜਿਹੜਾ ਫਲੇਵੀ ਵਾਇਰਸ ਕਰਕੇ ਹੁੰਦਾ ਹੈ ਸੋ ਵਾਧਿਆ ਨੈਕਸਟ ਕੁਐਸਚਨ ਕੁਐਸਚਨ ਨੰਬਰ 21 ਮਨੁੱਖੀ ਸਰੀਰ ਦਾ ਸਧਾਰਨ ਤਾਪਮਾਨ ਕਿੰਨਾ ਹੋਣਾ ਚਾਹੀਦਾ ਇੰਪੋਰਟੈਂਟ ਕੁਐਸਚਨ ਹੈ ਇਹ ਤੇ ਇਹਦੇ ਨਾਲ ਨਾਲ ਇਹ ਕੁਐਸਚਨ ਮੈਂ ਕਈ ਵਾਰੀ ਕਰਵਾਇਆ ਵਾ ਸੋ ਇਹ ਮੈਂ ਇਸ ਕਰਕੇ ਐਡ ਕੀਤਾ ਕਿਉਂਕਿ ਇਸ ਕੁਐਸਚਨ ਦਾ ਆਨਸਰ ਆ ਜਿਹੜਾ ਉਹ ਤੁਸੀਂ ਦੇਣਾ ਵਾ ਕਮੈਂਟ ਸੈਕਸ਼ਨ ਦੇ ਵਿੱਚ ਸੋ ਇਸ ਦੇ ਨਾਲ ਆਪਣੀ ਇਹ ਅੱਜ ਦੀ ਵੀਡੀਓ ਆ ਜਿਹੜੀ ਉਹ ਸਮਾਪਤ ਹੁੰਦੀ ਆ ਸੋ ਆਪਸ਼ਨ ਆ ਤੁਹਾਡੇ ਕੋਲ ਨੇ ਜੀ 98 ਡਿਗਰੀ ਫਾਰਨਹੀਟ 37 ਡਿਗਰੀ ਸੈਲਸੀਅਸ ਤੀਜਾ ਨੰਬਰ ਆਪਸ਼ਨ ਆ ਦੋਵੇਂ ਜਾਂ ਚੌਥਾ ਵਾ ਕੋਈ ਨਹੀਂ ਸੋ ਇਹ ਮੋਸਟ ਇੰਪੋਰਟੈਂਟ ਤੇ ਸੌਖਾ ਕੁਐਸਚਨ ਹੈ ਇਸਦਾ ਆਨਸਰ ਤੁਸੀਂ ਕਮੈਂਟ ਬਾਕਸ ਵਿੱਚ ਦੱਸਿਓ ਤੇ ਨਾਲ ਦੀ ਨਾਲ ਦੱਸਿਓ ਵੀ ਤੁਹਾਡੇ ਕਿੰਨੇ ਕਿੰਨੇ ਕੁਐਸਚਨ ਠੀਕ ਹੋਏ ਨੇ ਸੋ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਨਵੇਂ ਕੁਐਸਚਨ ਲੈ ਕੇ ਸੋ ਆਪਣੀਆਂ ਦੋਵੇਂ ਵੀਡੀਓ ਆ ਸ਼ਾਮ ਨੂੰ 4 ਵਜੇ ਅਤੇ ਰਾਤ ਨੂੰ 8 ਵਜੇ ਅਪਲੋਡ ਹੋਇਆ ਕਰਨੀਆਂ ਜਿਹੜੀਆਂ ਮਲਟੀਪਲ ਹੈਲਥ ਵਰਕਰ एग्जाम ਦੀ ਪ੍ਰੈਪਰੇਸ਼ਨ ਵਾਲੀਆਂ ਨੇ ਤੇ ਜਿਹੜੇ ਸਟਾਫ ਨਰਸ एग्जाम ਪ੍ਰੈਪਰੇਸ਼ਨ ਵਾਲੇ ਬੱਚੇ ਆ ਉਹ ਦੂਸਰੇ ਚੈਨਲ ਨਰਸਿੰਗ ਕੈਰੀਅਰ ਤੇ ਜਾ ਕੇ ਉਸ ਨੂੰ ਸਬਸਕ੍ਰਾਈਬ ਕਰਕੇ ਉਸ ਤੇ ਡੇਲੀ 2 ਤੋਂ 3 ਵੀਡੀਓ ਅਪਲੋਡ ਹੁੰਦੀਆਂ ਆ ਆਪਦੀ ਤਿਆਰੀ ਕਰ ਸਕਦੇ ਆ ਪ੍ਰੀਵੀਅਸ ਸੋਲੂਸ਼ਨ ਆ ਜਿਹੜੇ ਪ੍ਰੀਵੀਅਸ ਪੇਪਰ ਆ ਉਹਨਾਂ ਦੀ ਰਿਵਾਈਜ਼ ਵੀ ਕਰਵਾਏ ਜਾ ਰਹੇ ਆ ਸੋ ਜੁੜੇ ਰਹੋ ਇਦਾਂ ਹੀ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਨਾਲ ਸੋ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਦੇ ਵਿੱਚ ਨਵੇਂ ਨਵੇਂ ਕੁਐਸਚਨਸ ਲੈ ਕੇ ਤੇ ਨਵੀਆਂ ਨਵੀਆਂ ਅਪਡੇਟਸ ਲੈ ਕੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ